ਪੰਜਾਬ ਦੇ ਇੱਕ ਪ੍ਰਸਿੱਧ ਕਵੀ ਨੇ ਆਪਣਾ ਸਰਕਾਰੀ ਸਨਮਾਨ ਮੋੜ ਦਿੱਤਾ ਹੈ ਪੰਜਾਬ ਸਰਕਾਰ ਵੱਲੋਂ ਮਿਲਿਆ ਉਪਰਸਕਾਰ ਕਿਉਂ ਮੋੜਿਆ ਕਿਹੜੇ ਰੋਸ ਵਜੋਂ ਮੋੜਿਆ ਔਰ ਕਈ ਦਫਾ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਜਦੋਂ ਕਿਸੇ ਸਰਕਾਰ ਤੋਂ ਕੋਈ ਖਫਾ ਹੁੰਦਾ ਹੈ ਤਾਂ ਉਸ ਰੋਸ ਵਜੋਂ ਸਨਮਾਨ ਮੋੜਨਾ ਵੀ ਇੱਕ ਪ੍ਰੋਟੈਸਟ ਹੀ ਮੰਨਿਆ ਜਾਂਦਾ ਹੈ ਜਿਵੇਂ ਕਿ ਕਿਸਾਨੀ ਅੰਦੋਲਨ ਵਿੱਚ ਦੇਖਿਆ ਗਿਆ ਸੀ ਬਹੁਤ ਸਾਰੇ ਹਸਤੀਆਂ ਨੇ ਆਪਣੇ ਆਪਣੇ ਸਨਮਾਨ ਮੋੜੇ ਕਈ ਹੋਰ ਮਸਲਿਆਂ ਦੇ ਵਿੱਚ ਵੀ ਜਦੋਂ ਕੋਈ ਮੁੱਦਾ ਉੱਠਦਾ ਉਦੋਂ ਸੁਲਮਾਨ ਮੋੜੇ ਗਏ ਪਰ ਜਿਹੜਾ ਹੁਣ ਪੰਜਾਬ ਦੇ ਇੱਕ ਕਵੀ ਨੇ ਸੁਲਮਾਨ ਮੋੜਿਆ ਉਸ ਦਾ ਰੋਸ ਇੱਕ ਭਰਤੀ ਹੈ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਦੀ ਭਰਤੀ ਜਿਹੜੀ ਕਿ ਸਾਲ 2021 ਚ ਪੂਰੀ ਹੋਈ ਸੀ ਔਰ ਉਸ ਨੂੰ ਪੂਰੀ ਹੁੰਦਿਆਂ ਹੁੰਦਿਆਂ ਕਾਫੀ ਜਦੋਜਹਿਦ ਕਰਨੀ ਪਈ ਇੱਥੋਂ ਤੱਕ ਕਿ ਇੱਕ ਪ੍ਰੋਫੈਸਰ ਬਲਵਿੰਦਰ ਕੌਰ ਨੇ ਆਪਣੀ ਜਾਨ ਤੱਕ ਵੀ ਗਵਾ ਦਿੱਤੀ ਸੁਸਾਈਡ ਨੋਟ ਵਿੱਚ ਸਾਰੀਆਂ ਗੱਲਾਂ ਦਾ ਜ਼ਿਕਰ ਸੀ ਤਾਂ ਹੁਣ ਇੱਕ 1158 ਦਾ ਸਹਾਇਕ ਪ੍ਰੋਫੈਸਰ ਜੋ ਭਰਤੀ ਹੋਈ ਹੈ ਜਿਨ੍ਹਾਂ ਦੀ ਉਹਨੇ ਵਾਹਿਦ ਤਾ ਉਸ ਨੇ ਆਪਣਾ ਸਨਮਾਨ ਮੋੜਿਆ ਕਵੀ ਨੇ ਸਨਮਾਨ ਮੋੜਿਆ ਤੇ ਉਸ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ ਜਿਹੜੀ ਕਿ ਅਸੀਂ ਤੁਹਾਡੇ ਨਾਲ ਹੂ ਬੂਹ ਸ਼ਬਦਾਵਲੀ ਸਾਂਝੀ ਕਰ ਦਿੰਨੇ ਆ ਤੁਸੀਂ ਹੈਰਾਨ ਹੋਵੋਗੇ ਕਿ ਤੁਸੀਂ ਸੋਚ ਰਹੇ ਹੋਵੋਗੇ ਕਿ 1158 ਭਰਤੀ ਵਾਲੇ ਪ੍ਰੋਫੈਸਰਾਂ ਨੂੰ ਤਾਂ ਨਿਯੁਕਤੀ ਪੱਤਰ ਵੀ ਦਿੱਤੇ ਗਏ ਉਹਨਾਂ ਨੂੰ ਸਟੇਸ਼ਨ ਤੱਕ ਅਲਾਟ ਕੀਤੇ ਗਏ ਕਲਜਾਂ ਵਿੱਚ ਭੇਜ ਦਿੱਤਾ ਗਿਆ ਮੂੰਹ ਮਿੱਠਾ ਵੀ ਸਰਕਾਰ ਨੇ ਕਰ ਲਿਆ ਤੇ ਕਰਵਾ ਦਿੱਤਾ ਔਰ ਇਹ ਕਹਿ ਦਿੰਦਾ ਹੈ ਕਿ ਅਸੀਂ ਇਹ ਭਰਤੀ ਨੂੰ ਪੂਰਾ ਕਰਨਾ ਹੀ ਸੀ ਤਾਂ ਫਿਰ ਹੁਣ ਇਸ ਪ੍ਰੋਫੈਸਰ ਨੇ ਇਸ ਤਰ੍ਹਾਂ ਦਾ ਕਦਮ ਕਿਉਂ ਚੁੱਕਿਆ ਤਾਂ ਉਹ ਦੱਸਦੇ ਆ ਕਿ ਉਸ ਦੀ ਵਜ੍ਹਾ ਕੀ ਹੈ ਜਦੋਂ ਉਹਨਾਂ ਦੀ ਸਾਰੀ ਕੀ ਪੜੇ ਗਏ ਸ਼ਬਦਾਵਲੀ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਲਿਖੀ ਗਈ ਤਾਂ ਤੁਹਾਨੂੰ ਸਾਫ਼ ਸਪਸ਼ਟ ਹੋ ਜਾਵੇਗਾ ਕਿ ਮਸਲਾ ਹਾਲੇ ਵੀ ਕਿਤੇ ਖੜਾ ਹੈ ਹਜੇ ਵੀ ਕਈ ਉਮੀਦਵਾਰ ਸਿਲੇਕਟਡ ਨੇ ਜਿਹੜੇ ਉਹ ਨੌਕਰੀ ਦੀ ਉਡੀਕ ਦੇ ਵਿੱਚ ਨੇ ਜਿਹੜੇ 1158 ਸਹਾਇਕ ਪ੍ਰੋਫੈਸਰ ਨੇ ਉਹਨਾਂ ਦੇ ਵਿੱਚੋਂ ਕਿਹੜੇ ਕਿਹੜੇ ਵਿਭਾਗਾਂ ਦੇ ਪ੍ਰੋਫੈਸਰ ਹਾਲੇ ਵੀ ਨਿਯੁਕਤੀ ਪੱਤਰ ਲੈਣ ਦੇ ਲਈ ਤਰਲੋ ਮੱਛੀ ਹੋ ਰਹੇ ਨੇ ਪ੍ਰੋਟੈਸਟ ਕਰਨੇ ਪੈ ਰਹੇ ਨੇ ਵਾਹਿਦ ਕੀ ਲਿਖਦੇ ਨੇ ਜੋ 1158 ਭਰਤੀ ਦੇ ਇੱਕ ਸਿਲੇਕਟਡ ਕੈਂਡੀਡੇਟ ਨੇ ਉਹ ਕਹਿੰਦੇ ਕਿ ਭਾਸ਼ਾ ਵਿਭਾਗ ਪੰਜਾਬ ਨੇ ਕੱਲ੍ਹ ਸਾਲ 2023 ਦੀਆਂ ਵੱਖ-ਵੱਖ ਸਾਹਿਤ ਵਿਧਾਵਾਂ ਦੀਆਂ 10 ਸਰਵੋਤਮ ਪੁਸਤਕਾਂ ਨੂੰ ਸਨਮਾਨ ਐਲਾਨੇ ਨੇ ਸਨਮਾਨਿਤ ਲੇਖਕਾਂ ਨੂੰ ਵਧਾਈ ਵੀ ਦਿੱਤੀ ਹੈ ਔਰ ਖੁਸ਼ੀ ਦੀ ਗੱਲ ਹੈ ਕਿ ਸਰਕਾਰ ਲੇਖਕਾਂ ਨੂੰ ਸਨਮਾਨ ਕਰ ਰਹੀ ਹੈ ਪਰ ਮਾਨ ਸਨਮਾਨ ਵੀ ਉਦੋਂ ਹੀ ਸ਼ੋਭਦੇ ਨੇ ਜਦ ਸਾਡੇ ਕੋਲ ਸਾਡੀ ਯੋਗਤਾ ਮੁਤਾਬਕ ਸਨਮਾਨਜਨਕ ਰੁਜ਼ਗਾਰ ਹੋਵੇ ਜ਼ਿੰਦਗੀ ਸਿਰਫ ਸਨਮਾਨਾਂ ਦੇ ਆਸਰੇ ਬਤੀਤ ਨਹੀਂ ਹੁੰਦੀ ਆਪਣੀ ਉਮਰ ਦੇ ਲਗਭਗ 4 ਦਹਾਕੇ ਜੂ ਲੈਣ ਤੋਂ ਬਾਅਦ ਵੀ ਢੰਗ ਦੇ ਰੋਜ਼ਗਾਰ ਦੀ ਕੋਈ ਵਿਵਸਥਾ ਨਹੀਂ ਹੋਈ ਇਸ ਵਿੱਚ ਸਾਡੀ ਕੋਈ ਗਲਤੀ ਨਹੀਂ ਅਸੀਂ ਆਪਣੀ ਯੋਗਤਾ ਅਰਸਾ ਪਹਿਲਾਂ ਹੀ ਪੂਰੀ ਸਿੱਧ ਕਰ ਚੁੱਕੇ ਹਾਂ ਅਸੀਂ ਸਾਲ 2021 ਚ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਦੀ ਭਰਤੀ ਵਿੱਚ ਸਿਲੈਕਟ ਹੋ ਚੁੱਕੇ ਹਾਂ ਪਰ ਭਰਤੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ اٹਕ ਗਈ ਇਸ ਵਿੱਚ ਵੀ ਸਾਡੀ ਕੋਈ ਗਲਤੀ ਨਹੀਂ 23 ਨਵੰਬਰ 2024 ਨੂੰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਨੇ ਸਾਡੀ ਭਰਤੀ ਨੂੰ ਹਰੀ ਝੰਡੀ ਦੇ ਦਿੱਤੀ। ਸਰਕਾਰ ਦੇ ਲਗਭਗ 600 ਉਮੀਦਵਾਰ ਅਗਲੇ 2 ਦਿਨਾਂ ਵਿੱਚ ਜੁਆਇਨ ਕਰਾ ਦਿੱਤੇ ਗਏ ਪਰ ਸਰਕਾਰ ਦਾ ਪਤਾ ਨਹੀਂ ਕੀ ਨੀਤੀ ਹੈ। ਅਸੀਂ ਪੰਜਾਬੀ, ਹਿੰਦੀ, ਅੰਗਰੇਜ਼ੀ, ਭੂਗੋਲ ਤੇ ਸਿੱਖਿਆ ਵਿਭਾਗ ਦੇ 411 ਉਮੀਦਵਾਰਾਂ ਦੀ ਕੋਈ ਸਾਰੀ ਨਹੀਂ ਲਈ ਗਈ। ਇਹ 411 ਉਮੀਦਵਾਰ ਹਾਲੇ ਵੀ ਨੌਕਰੀ ਦੀ ਉਡੀਕ ਦੇ ਵਿੱਚ ਨੇ। ਡੀਪੀਆਈ ਦਫ਼ਤਰ ਲਗਾਤਾਰ ਝੂਠ ਤੇ ਝੂਠ ਬੋਲ ਕੇ ਲਾਰੇ ਲੱਪੇ ਲਾ ਰਿਹਾ ਹੈ ਸਿੱਖਿਆ ਮੰਤਰੀ ਸਾਨੂੰ ਮਿਲ ਨਹੀਂ ਰਿਹਾ ਤੇ ਸਰਕਾਰ ਸਾਡੇ ਤੋਂ ਆਪਣਾ ਭਰੋਸਾ ਗਵਾ ਚੁੱਕੀ ਹੈ ਅਸੀਂ ਪਿਛਲੇ 15 ਤੋਂ 18 ਦਿਨਾਂ ਤੋਂ ਡੀਪੀਆਈ ਦਫ਼ਤਰ ਦੇ ਵਿੱਚ ਰੋਲ ਰਹੇ ਹਾਂ ਕੋਈ ਵੀ ਸਾਡੀ ਸਾਰ ਨਹੀਂ ਲੈ ਰਿਹਾ ਕੱਲ ਜਦ ਭਾਸ਼ਾ ਵਿਭਾਗ ਵੱਲੋਂ ਸਰਮੋਤਮ ਪੁਸਤਕਾਂ ਦੇ ਐਲਾਨ ਹੋਏ ਤਾਂ ਮੈਨੂੰ ਭਾਸ਼ਾ ਵਿਭਾਗ ਵੱਲੋਂ 2021 ਦਾ ਸਰਵੋਤਮ ਕਾ ਪੁਸਤਕਾ ਪੁਸਤਕ ਸਨਮਾਨ ਗਿਆਨੀ ਗੁਰਮukh ਸਿੰਘ ਮੁਸਾਫਰ ਪੁਰਸਕਾਰ ਜੋ 2022 ਵਿੱਚ ਦਿੱਤਾ ਯਾਦ ਆ ਗਿਆ ਆਪਣੀ ਬੇਕਾਰ ਲਾਚਾਰ ਤੇ ਰੁੱਲਦੀ ਖੁਲਦੀ ਹਾਲਤ ਦੇਖ ਕੇ ਮੈਨੂੰ ਇਹ ਅਹਿਸਾਸ ਹੋਇਆ ਕਿ ਮੈਂ ਸਨਮਾਨ ਦਾ ਹੱਕਦਾਰ ਹੀ ਨਹੀਂ ਹਾਂ ਜੇ ਸਰਕਾਰ ਮੈਨੂੰ ਮੇਰੀ ਯੋਗਤਾ ਅਨੁਸਾਰ ਰੁਜ਼ਗਾਰ ਨਹੀਂ ਦੇ ਸਕਦੀ ਤਾਂ ਮੈਂ ਪੰਜਾਬ ਸਰਕਾਰ ਦਾ ਸਨਮਾਨ ਵੀ ਰੱਖ ਨਹੀਂ ਸਕਦਾ ਪੰਜਾਬ ਸਰਕਾਰ ਪ੍ਰਤੀ ਆਪਣੀ ਬੇਯਕੀਨੀ ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਮੈਂ ਸਨਮਾਨ ਅਗਲੇ ਮਹੀਨੇ ਭਾਸ਼ਾ ਵਿਭਾਗ ਵੱਲੋਂ ਮਾਤ ਭਾਸ਼ਾ ਮਹਾਦੇ ਸਮਾਗਮ ਵਿੱਚ ਵਾਪਸ ਕਰਾਂਗਾ ਵਾਹਿਦ ਮੈਂਬਰ ਪ੍ਰਬੰਧ ਕੀ ਬੋਰਡ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਉਹਨਾਂ ਦੇ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਮੁੱਖ ਮੰਤਰੀ ਭਗਵੰਤ ਮਾਨ ਤੇ ਭਾਸ਼ਾ ਵਿਭਾਗ ਨੂੰ ਨਾਲ ਟੈਗ ਵੀ ਕੀਤਾ ਹੈ ਇਹ ਵਾਹਿਦ ਉਹ ਪੰਜਾਬੀ ਕਵੀ ਨੇ ਜਿਨ੍ਹਾਂ ਦੀਆਂ ਨਾਮੀ ਪੁਸਤਕਾਂ ਦੇ ਸਹਿਤ ਇਹਨਾਂ ਨੂੰ ਸਨਮਾਨ 2022 ਦੇ ਵਿੱਚ ਵੀ ਮਿਲਦਾ ਜਿਹੜੀ ਕਿ ਕਾਵ ਪੁਸਤਕ ਸਨਮਾਨ ਸੀ ਉਸ ਦੇ ਵਿੱਚ ਗਿਆਨੀ ਗੁਰਮukh ਸਿੰਘ ਮੁਸਾਫਰ ਪੁਰਸਕਾਰ ਦੇ ਨਾਲ 2022 ਦੇ ਵਿੱਚ ਨਵਾਜਿਆ ਗਿਆ ਸੀ ਪਰ ਸਰਕਾਰ ਦੇ ਵਿੱਚ ਬੇਪਰੋਸਗੀ ਬੇਜਕੀਨਗੀ ਹੈ ਜਿਹੜੀ ਉਸ ਨੂੰ ਦੇ ਰੋਸ ਵਜੋਂ ਵਾਹਿਦ ਨੇ ਆਪਣਾ ਸਨਮਾਨ ਵਾਪਸ ਕਰਨ ਦਾ ਫੈਸਲਾ ਲਿਆ ਤੇ 1158 ਦੀ ਭਰਤੀ ਹਾਲੇ ਵੀ ਪੂਰਨ ਤੌਰ ਤੇ ਮੁਕੰਮਲ ਨਹੀਂ ਹੋਈ ਕਿਉਂਕਿ 411 ਉਮੀਦਵਾਰ ਹਾਲੇ ਵੀ ਨੌਕਰੀ ਦੀ ਉਡੀਕ ਦੇ ਵਿੱਚ ਨੇ ਕਿ ਅਸੀਂ ਜਿਹੜੇ ਸਿਲੈਕਟ ਹੋ ਚੁੱਕੇ ਹਾਂ ਯੋਗਤਾ ਪੂਰੀ ਸਾਬਤ ਕਰ ਚੁੱਕੇ ਹਾਂ ਔਰ ਹਾਈ ਕੋਰਟ ਦੇ ਵਿੱਚ ਵੀ ਸਾਡੀ ਭਰਤੀ ਨੂੰ ਜਦੋਂ ਹਰੀ ਝੰਡੀ ਮਿਲ ਗਈ ਹੈ ਤਾਂ ਫਿਰ ਕਿਹੜੇ ਗੁਨਾਹਾਂ ਦੀ ਸਜ਼ਾ ਸਾਨੂੰ ਦਿੱਤੀ ਜਾ ਰਹੀ ਹੈ ਜਦ ਕਿ ਕਈ ਉਮੀਦਵਾਰਾਂ ਨੂੰ ਸਟੇਸ਼ਨ ਵੀ ਅਲਾਟ ਕਰ ਦਿੱਤੇ ਗਏ ਨੇ ਜੁਆਇਨ ਤੱਕ ਵੀ ਕਰਵਾ ਦਿੱਤਾ ਗਿਆ ਤਾਂ ਅਸੀਂ ਪੰਜਾਬੀ ਹਿੰਦੀ ਅੰਗਰੇਜ਼ੀ ਭੂਗੋਲ ਤੇ ਸਿੱਖਿਆ ਭਾਗ ਦੇ 411 ਉਮੀਦਵਾਰਾਂ ਦੀ ਸਾਰ ਕਿਉਂ ਨਹੀਂ ਲਈ ਜਾ ਰਹੀ ਇਹ ਸਵਾਲਾਂ ਦੇ ਨਾਲ ਸਨਮਾਨ ਵਾਪਸ ਕਰਨ ਦਾ ਫੈਸਲਾ ਪੰਜਾਬ ਦੇ ਇੱਕ ਕਵੀ ਨੇ ਕੀਤਾ ਤਾਂ ਹੁਣ ਦੇਖਦੇ ਹਾਂ ਕਿ ਪੰਜਾਬ ਸਰਕਾਰ ਅਜੇ ਰੋਸ ਦੇ ਅੱਗੇ ਕਿਸ ਤਰ੍ਹਾਂ ਦੇ ਫੈਸਲੇ ਆਉਣ ਵਾਲੇ ਸਮੇਂ ਦੇ ਵਿੱਚ ਲੈਂਦੀ ਹੈ ਫਿਲਹਾਲ ਇਹ ਵੀ ਦੋਸ਼ ਲਾਇਆ ਗਿਆ ਕਿ ਸਿੱਖਿਆ ਮੰਤਰੀ ਵੀ ਉਹਨਾਂ ਨੂੰ ਮਿਲਣ ਲਈ ਤਿਆਰ ਨਹੀਂ ਔਰ ਡੀਪੀਆਈ ਦਫ਼ਤਰ ਦੇ ਵਿੱਚ ਲਗਾਤਾਰ ਉਹਨਾਂ ਨੂੰ ਰੁਲਣ ਦੇ ਲਈ ਛੱਡ ਦਿੱਤਾ ਗਿਆ ਤਾਂ ਦੇਖਦੇ ਹਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਇਸ ਦੇ ਬਾਰੇ ਸਰਕਾਰ ਆਪਣਾ ਕੀ ਰੋਖ ਅਪਣਾਉਂਦੀ ਹੈ ਫਿਲਹਾਲ ਦੀ ਕੜੀ ਜਿਸ ਤਰ੍ਹਾਂ ਦੀ ਪ੍ਰਤੀਕਿਰਿਆ ਆ ਰਹੀ ਹੈ ਜਾਂ ਰੋਸ ਦੀਆਂ ਅਜਈਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਉਸ ਤੋਂ ਇੱਕ ਗੱਲ ਸਾਫ਼ ਤੇ ਸਪਸ਼ਟ ਨਜ਼ਰ ਆ ਰਹੀ ਹੈ ਕਿ ਇਹ ਭਰਤੀ ਜਿਹੜੀ ਆ ਉਹ ਹਾਲੇ ਵੀ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋਈ ਕਦੋਂ ਮੁਕੰਮਲ ਹੁੰਦੀ ਹੈ ਇਸ ਦੇ ਬਾਰੇ ਉਡੀਕ ਕੀਤੀ ਜਾਵੇਗੀ ਫਿਲਹਾਲ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ